ਮਾਨਸਾ ਪਟਿਆਲਾ ਰੋਡ ਤੇ ਪਿੰਡ ਹਮੀਰਗੜ੍ਹ ਟਪਈ ਵਿਖੇ ਪਿਛਲੇ 11 ਸਾਲ ਤੋਂ ਹੁਸਨਕੌਰ ਜੂਸ ਦਾ ਰੇੜਾ ਲਗਾ ਕੇ ਆਪਣਾ ਤੇ ਆਪਣੀ ਮਾਂ ਦਾ ਪੇਟ ਭਰ ਰਹੀ ਹੈ। ਹੁਸਨਕੌਰ ਦਾ ਕਹਿਣਾ ਹੈ ਕਿ ਉਹ 3 ਭੈਣਾਂ ਹਨ, 2 ਦਾ ਵਿਆਹ ਹੋ ਚੁੱਕਾ ਹੈ ਜਦੋਂ ਕਿ ਪਿਤਾ ਤੇ ਭਰਾ ਦੀ ਮੌਤ ਹੋ ਚੁੱਕੀ ਹੈ। ਫਿਰ ਵੀ ਉਹ ਆਪਣੀ ਮਾਂ ਦਾ ਸਹਾਰਾ ਬਣ ਕੇ ਮਿਹਨਤ ਕਰ ਰਹੀ ਹੈ। ਹੁਸਨਕੌਰ ਦਾ ਕਹਿਣਾ ਹੈ ਕਿ ਉਹ 12ਵੀਂ ਜਮਾਤ ਪਾਸ ਕਰ ਚੁੱਕੀ ਹੈ ਤੇ ਹੈਂਡਬਾਲ ਦੀ ਚੰਗੀ ਖਿਡਾਰਨ ਹੈ। ਮੁੱਖ ਮੰਤਰੀ ਪੰਜਾਬ ਤੋਂ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦੀ ਮੰਗ ਕਰ ਰਹੀ ਹੈ। ਇਸ ਮੌਕੇ ਤੇ ਹੁਸਨਕੌਰ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਨੂੰ ਅਪੀਲ ਕਰਦੀ ਹੈ ਕਿ ਉਸ ਨੂੰ ਯੋਗਤਾ ਦੇ ਅਨੁਸਾਰ ਨੌਕਰੀ ਦਿੱਤੀ ਜਾਵੇ। ਮੈਨੂੰ 11 ਸਾਲ ਹੋ ਗਏ ਵੀਰੇ, ਪਟਿਆਲਾ ਸਨਾਮ ਮਾਨਸਾ ਮੇਨ ਰੋਡ ਤੇ 11 ਸਾਲ ਹੋ ਗਏ ਵੀਰੇ ਕੰਮ ਕਰਦਿਆਂ ਨੂੰ। ਪਹਿਲਾਂ ਵੀਰੇ 2016 ਦੇ ਵਿੱਚ ਬੀਬੀ ਹਰਸਿਮਰਤ ਆਏ ਮੇਰੇ ਕੋਲ ਮਿਲਣ ਵਾਸਤੇ ਆਏ ਸੀ ਮੈਨੂੰ, ਤੇ ਜਿੰਨੀ ਕੁ ਸਿਹਤ ਹੋਈ ਉਹ ਮੈਨੂੰ ਦੇ ਕੇ ਗਏ ਸੀ, ਤੇ 4 ਵਾਰ ਮੰਤਰੀ ਰਹੇ ਨੇ ਆਪਣੇ ਭਗਵੰਤ ਮਾਨ ਬਾਈ, 4-4 ਵਾਰ ਮੇਰੇ ਕੋਲ ਮਿਲਣ ਉਹ ਆ ਗਏ ਵੀਰੇ। ਮੈਂ ਇੱਕ ਹੀ ਬੇਨਤੀ ਬਾਈ ਨੂੰ ਕਹਿਣੀ ਹੁੰਦੀ ਹਾਂ ਵੀ ਬਾਈ ਮੈਨੂੰ ਕੋਈ ਛੋਟੀ ਮੋਟੀ ਨੌਕਰੀ ਦੇ ਦਿਉ, ਹੈ ਨਾ, ਕੋਈ ਕੋਟੇ 'ਚ ਹੁੰਦੀ ਆ। ਕਹਿੰਦੇ ਨੇ ਕਮੀਆਂ ਦੇ ਵਿਹੜੇ, ਭਗਵੰਤ ਮਾਨ ਬਾਈ ਕਹਿੰਦਾ ਨਾ ਵੀ ਕਮੀਆਂ ਦੇ ਵਿਹੜੇ, ਇੱਕ ਕਮੀਆਂ ਦਾ ਵਿਹੜਾ ਹੈਗਾ ਵੀਰੇ ਉਹ ਵੀ ਹੁਸਨ, ਠੀਕ ਆ। ਪਰ ਮੈਨੂੰ ਜਿੱਦੇ ਮੈਨੂੰ ਨੌਕਰੀ ਦੇਤੀ ਵੀਰੇ, ਠੀਕ ਆ, ਮੇਰਾ ਮਨ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਮੇਰੀ ਮਾਂ ਦਾ, ਠੀਕ ਆ। ਘਰ 'ਚ ਕੌਣ ਕੌਣ ਹੁਸਨ ਤੁਹਾਡੇ? ਮੇਰੇ ਘਰ ਦੇ ਵਿੱਚ ਵੀਰੇ ਸਿਰਫ ਅਸੀਂ 3 ਭੈਣਾਂ ਗਏ, 2 ਭੈਣਾਂ ਮੇਰੀ ਵਿਆਹੀਆਂ ਹੋਈਆਂ ਨੇ, ਤੇ ਮੇਰੀ ਮੰਮੀ ਤੇ ਮੈਂ ਅਸੀਂ ਦੋਨੇ ਘਰੇ ਰਹਿ ਰਹੇ ਹਾਂ। ਅੱਛਾ, ਬਰਾਦਰ? ਬਰਾਦਰ ਦੀ ਵੀਰੇ ਮੇਰੇ ਡੈਥ ਹੋ ਗਈ, ਮੇਰੇ ਭਰਾ ਦੀ ਵੀ, ਮੰਮੀ ਦੀ ਵੀ, ਉਹਦੀ ਡੈਡੀ ਦੀ ਵੀ ਡੈਥ ਹੋ ਗਈ। ਯੋਗਤਾ ਵੀਰੇ ਮੇਰੀ +2 ਆ, ਵਧੀਆ ਮਤਲਬ ਗੇਮ ਆ ਗਈ ਵੀਰੇ, ਹੈ ਨਾ, ਹੈਂਡਬਾਲ ਦੀ ਗੇਮ ਆ ਮੇਰੇ ਕੋਲ ਵਧੀਆ, ਤੇ ਬਸ ਹੁਣ ਮੈਨੂੰ ਆਈ ਹੈਗਾ ਇੱਕ ਹੀ ਗੱਲ ਆ ਮੇਰੀ ਵੀ 22 ਤੱਕ ਮੇਰੀ ਗੱਲ ਪਹੁੰਚ ਜਾਵੇ। ਮੈਂ ਵੀ ਇੱਕ, ਹੈ ਨਾ, ਇੱਕ ਗਰੀਬ ਘਰ ਦੀ ਧੀ ਹਾਂ ਵੀਰੇ, ਮੈਂ ਕਿਹੜਾ ਕੋਈ ਵੀ ਮਤਲਬ ਭਾਈ ਦੀ ਕਮਾਈ ਦੇਖਣੀ ਜਾਂ ਪਿਓ ਦੀ ਕਮਾਈ ਦੇਖਣੀ, ਹੈ ਨਾ, ਮੈਂ ਆਪਦੇ ਸਿਰ 'ਤੇ ਕਮਾਉਣੀ ਆ, ਕਿਉਂਕਿ ਮੈਨੂੰ ਐਂ ਜਿੰਨਾ ਖੁਸ਼ ਰਹਿ ਸਕਦੀ ਮੇਰੀ ਮਾਂ ਵਾਸਤੇ ਕਰ ਰਹੀ ਹਾਂ ਮੈਂ ਵੀਰੇ। ਹੁਣ ਤੁਸੀਂ ਦੇਖ ਲਓ, ਹੁਣ ਆਪਣਾ ਮਤਲਬ 1100 ਰੁਪਏ ਕੁਇੰਟਲ ਗੰਨਾ ਹੋ ਗਿਆ, ਬਰਫ਼ ਵੀ ਹੋ ਗਈ ਵੀਰੇ, ਮੇਰਾ ਸਾਰਾ 300 ਰੁਪਏ ਦਿਹਾੜੀ ਬਣਦੀ ਆ, ਮਤਲਬ ਮੇਰੀ 300 ਬਣਦੀ ਆ ਖਰਚਾ ਕੱਢ ਕੇ ਵੀਰੇ। 1100-1200 ਰੁਪਈਆ ਮੈਂ ਕਮਾ ਲੈਣੀ ਆ ਵੀਰੇ, ਖੁਦ ਕਿਤੇ 1500 ਵੀ ਕਮਾ ਲੈਣੀ ਆ, 1300 ਵੀ ਕਮਾ ਲੈਣੀ ਆ, ਬਸ ਉਦੋਂ ਵੱਧ ਕੇ ਕਿਤੇ ਸੂਈ ਨਹੀਂ ਵੱਧਦੀ ਵੀਰੇ। ਮੈਂ ਤਾਂ ਵੀਰੇ ਇੱਕ ਤਰ੍ਹਾਂ ਮਸਾਲੀ ਹਾਂ, ਠੀਕ ਆ। ਲੋਕ ਮੇਰਾ ਵੀਰੇ ਆ, ਇੱਕ ਵਾਰ ਬਾਈ ਪੱਤਰਕਾਰ ਆਇਆ ਸੀ, ਥੋੜ੍ਹਾ ਜਿਹਾ ਚਿਰ ਹੋ ਗਿਆ, 2 ਮਹੀਨੇ, ਮੇਰੀ ਇੱਕ ਛੋਟੀ ਜਿਹੀ ਸ਼ੋਰਟਕੱਟ ਵੀਡੀਓ ਬਣਾਈ ਸੀ, ਪਤਾ ਮੈਨੂੰ ਕਈ ਮੁੰਡੇ ਤਾਂ ਮੈਨੂੰ ਪਰੇਸ਼ਾਨ ਕਰਦੇ ਆ, ਉਸ ਨੂੰ ਤੂੰ ਵਿਆਹ ਕਰਵਾ ਲਾ, ਵਿਆਹ ਕਰਵਾ ਲਾ, ਪਰ ਸੌਰੀ ਵੀਰੇ ਮੈਂ ਹਜੇ ਵਿਆਹ ਬਾਰੇ ਕੁਛ ਨਹੀਂ ਸੋਚਦੀ, ਕਿਉਂਕਿ ਮੈਂ ਹਜੇ ਬਾਈ ਭਗਵੰਤ ਮਾਨਕ ਨਹੀਂ ਦੇਖ ਰਹੀ, ਹੈ ਨਾ, ਵੀ ਜੇ ਕੋਈ ਮੇਰੀ ਛੋਟੀ ਮੋਟੀ ਕੋਈ ਨੌਕਰੀ ਦਾ ਹੱਲ ਕਰ ਦੂਗਾ, ਠੀਕ ਆ, ਵੀ ਨਹੀਂ ਮੈਨੂੰ ਕੋਈ ਮੈਸੇਜ ਕਾਲ ਕਰਕੇ ਬਾਈ ਕਹਿ ਦੇ ਵੀ ਹੁਸਨ ਤੇਰੇ ਲਈ ਮੈਂ ਕੋਈ ਨੌਕਰੀ ਦਾ ਹੱਲ ਨਹੀਂ ਹੋ ਸਕਦਾ, ਮੈਂ ਆਪਦਾ ਇੱਕ ਸਬਰ ਕਰ ਲੂੰ। ਕਿੰਨੇ ਵਾਰੀ ਸੰਪਰਕ ਹੋਇਆ ਤੁਹਾਡਾ ਭਗਵੰਤ ਮਾਨ? ਮੇਰੇ ਨਾਲ ਵੀਰੇ ਘੱਟੋ ਘੱਟ 4 ਵਾਰ ਤਾਂ ਮੈਨੂੰ ਫੇਸ ਟੂ ਫੇਸ ਮਿਲ ਗਏ, ਜਾਣਦੇ ਚੰਗੀ ਤਰ੍ਹਾਂ ਜਾਣਦੇ ਵੀਰੇ ਮੈਨੂੰ ਬਾਈ, ਠੀਕ ਆ, ਅਤੇ ਬਾਈ ਜਿਹੜੇ PA ਨੇ ਉਹਦੇ ਨਾਲ ਰਹਿੰਦੇ ਹੈਗੇ, ਉਹ ਵੀ ਖੁਦ ਜਾਣਦੇ ਮੈਨੂੰ ਸਾਰੇ, ਠੀਕ ਆ। 3 ਵਾਰ ਵੀਰੇ ਮੈਂ ਚੰਡੀਗੜ੍ਹ ਜਾਇਆ ਜੀ, ਉੱਥੇ ਮੈਨੂੰ 2 ਵਾਰ ਮੈਨੂੰ ਕੋਈ ਮਿਲਿਆ ਨਹੀਂ, 3ਜੀ ਵਾਰ ਮੈਨੂੰ ਇੰਟਰਵਿਊ ਮੇਰੇ ਅੰਦਰ ਗੱਲਬਾਤ ਹੋਈ ਬਰਾੜ ਨਾਲ ਗੱਲ ਹੋਈ ਵੀਰੇ, 3ਜੀ ਵਾਰ 'ਚ ਮੈਂ ਗੱਲਬਾਤ ਕਰਕੇ ਬਸ ਉੱਥੋਂ ਵਾਪਸ ਆ ਗਏ। ਮਦਦ ਕੀਤੀ ਵੀਰੇ 2014 ਤੋਂ ਲੈ ਕੇ 2017 ਤੱਕ, ਡੋਰ ਟੂ ਡੋਰ ਵੀਰੇ ਹਰੇਕ ਵੋਟਾਂ ਦੇ ਵਿੱਚ ਹਿੱਸਾ ਲਿੱਤਾ, ਅੱਜ ਤੱਕ ਵੀ ਖੜਿਆ ਵੀਰੇ, ਠੀਕ ਆ, ਅੱਜ ਤੱਕ ਵੀ ਸਪੋਰਟ ਚੱਲ ਰਹੀ ਹੈਗੀ ਬਾਈ ਦੀ, ਠੀਕ ਆ। ਕੱਲ੍ਹ ਨੂੰ ਕੋਈ ਕਹੂਗਾ ਵੀ ਸਪੋਰਟ ਨਹੀਂ ਕਰੀ ਜਾਂ ਐਂ ਨਹੀਂ ਕਰੀ, ਮੈਂ ਅੱਜ ਵੀ ਸਪੋਰਟ ਕਰ ਰਹੀ ਹਾਂ ਵੀਰੇ। ਅਤੇ ਇੱਕ ਗੱਲ ਹੋਰ ਛੋਟੀ ਜਿਹੀ, ਹੈ ਨਾ, ਵੀ ਬੀਬੀ ਹਰਸਿਮਰਤ ਆਏ ਮੈਨੂੰ ਬਹੁਤ ਵਧੀਆ ਲੱਗਿਆ ਵੀਰੇ, ਠੀਕ ਆ। ਕਈ ਕਹਿਣਾ ਦੀਆਂ ਨੇ, ਕਈ ਮਾਈਆਂ ਉਰੇ ਆਉਂਦੀਆਂ ਨੇ ਵਿਚਾਰੀਆਂ ਬਜ਼ੁਰਗਾਂ, ਕਹਿਣਾ ਦੀਆਂ ਨੇ ਬੁੜੀ ਬੁੜੀ ਦੀ ਗੱਲ ਸੁਣਦੀ ਹੁੰਦੀ ਆ ਪੰਜਾਬੀ ਭਾਸ਼ਾ 'ਚ, ਕਹਿਣਾ ਦੇ ਨੇ, ਹੈ ਨਾ, ਬੀਬੀ ਮੇਰੇ ਕੋਲ ਆਈ, ਮੇਰਾ ਚੱਲ ਹੱਡ ਬੀਤੀ ਸੁਣੀ ਹੋਣੇ ਮੇਰੇ ਨਾਲ, 20-25 ਮਿੰਟ ਦੇ ਨਾਲ ਖੜ ਕੇ ਗਏ ਬੀਬੀ ਵੀ, ਬਹੁਤ ਵਧੀਆ ਲੱਗਿਆ ਮੈਨੂੰ, ਹੈ ਨਾ, ਵਧੀਆ ਫੀਲ ਹੋਇਆ। ਹੁਣ ਵੀ ਬੀਬੀ ਜਿੱਤੀ ਆ, ਮੇਰਾ ਵਧੀਆ ਮੈਨੂੰ ਹੋਇਆ ਵੀ ਜਿੱਤ ਗਏ ਬੀਬੀ, ਵਧੀਆ, ਹੈ ਨਾ, ਵਧੀਆ ਸਪੋਰਟ ਲੈ ਕੇ ਗਏ ਨੇ। ਪਰ ਮੈਂ ਰਾਜਨੀਤੀ ਬਾਰੇ ਕੁਛ ਨਹੀਂ ਮਾੜਾ ਚੰਗਾ ਆਪਾਂ ਬੋਲ ਸਕਦੇ, ਨਾ ਆਪਾਂ ਬੋਲੀਏ ਵੀਰੇ, ਠੀਕ ਆ, ਕਿਉਂਕਿ ਮੈਂ ਸਪੋਰਟ ਸ਼ੁਰੂ ਦੀ ਬਾਈ ਨੂੰ ਕਰ ਰਹੀ ਹਾਂ।
ਬੀਬੀ ਹਰਸਿਮਰਤ ਨੂੰ ਵੀ ਸਪੋਰਟ ਕੀਤੀ ਹੈ ਵੀਰੇ, ਉਰੇ ਜਿੰਨੇ ਕਹਿ ਗਏ ਸੀ ਆਪਾਂ ਉਹਨਾਂ ਨਾਲ ਵੀ ਖੜੇ ਹਾਂਗੇ, ਠੀਕ ਆ, ਪਰ ਮੈਂ ਸਪੋਰਟ ਜ਼ਿਆਦਾਤਰ ਬਾਈ ਭਗਵੰਤ ਮਾਨ ਨੂੰ ਹੀ ਕਰਦੀ ਹਾਂ। ਉਮੀਦ ਹੈਗੀ ਹੈ ਤੁਹਾਨੂੰ ਵੀ ਉਹ ਨੌਕਰੀ ਦੇ ਦੇਣਗੇ ਵੀਰੇ? ਪਰ ਮੈਨੂੰ ਹੌਸਲੇ ਸਾਰੇ ਦੇ ਕੇ ਜਾਂਦੇ ਨੇ ਵੀ ਦੇ ਦੇਣਗੇ, ਪਰ ਮੈਨੂੰ ਕਦੇ ਬਾਈ ਨੇ, ਮੈਂ ਬਾਈ ਨੂੰ ਇੱਕ ਕਿਹਾ ਵੀ ਮੈਨੂੰ ਕਾਲ ਤੀ ਕਰ ਲਾ ਛੋਟੀ ਜੀ ਬਾਈ, ਮੈਨੂੰ ਖੁਸ਼ੀ ਹੋ ਜੂਗੀ ਵੀ ਚੱਲ ਕਾਲ ਤਾਂ ਕੀਤੀ ਨਾ ਮੈਨੂੰ ਦੁਬਾਰਾ, ਮੈਨੂੰ ਯਾਦ ਤਾਂ ਕੀਤਾ, ਕਿਉਂਕਿ 2014 ਦੇ ਵਿੱਚ ਅਸੀਂ ਇੰਨੇ ਨੇੜੇ ਸੀ ਨਾ ਵੀਰੇ, 2017 ਤੱਕ ਅਸੀਂ ਇੰਨੇ ਨੇੜੇ ਸੀ, ਮੈਨੂੰ ਆ ਲੱਗਦਾ ਸਾਡਾ ਭੈਣ ਭਰਾ ਦਾ ਰਿਸ਼ਤਾ ਮੈਨੂੰ ਛੋਟੀ ਭੈਣ ਮੰਨਦਾ ਵੀਰੇ ਅੱਜ ਵੀ ਬਾਈ। ਨਹੀਂ ਭਗਵੰਤ ਮਾਨ ਤਾਂ ਜਦੋਂ ਵੀ ਇੱਥੋਂ ਦੀ ਗੁਜ਼ਰਦੇ ਨੇ ਇਸ ਰਸਤੇ ਉੱਤਰ ਦੀ, ਹਰ ਵਾਰ ਤੁਹਾਨੂੰ ਮਿਲ ਕੇ ਜਾਂਦੇ ਨੇ ਉਹ ਵੀਰੇ, ਮਿਲ ਕੇ ਗਏ ਨੇ ਮੈਨੂੰ, ਹੁਣ ਹੀ 20-25 ਦਿਨ ਹੋ ਗਏ, ਉਹਦੇ ਵੀ ਮਾਨਸਾ ਰੂਟ ਸੀ ਬਾਈ ਦਾ, ਉਹਦੇ ਵੀ ਖੁਦ ਮਿਲ ਕੇ ਗਏ ਨੇ, ਗੱਲ ਕਰਕੇ ਗਏ ਨੇ, ਮੈਂ ਬਾਈ ਨੂੰ ਆਖਿਆ ਵੀਰੇ ਕੋਈ ਛੋਟੀ ਮੋਟੀ ਦੇਖ ਲਾ, ਕੋਈ ਨਹੀਂ ਹੁਸਨ ਦੇਖਾਂਗੇ, ਹੁਣ ਬਾਈ ਨੂੰ ਇਹ ਅਪੀਲ ਕਰ ਰਹੇ ਹਾਂਗੇ ਮੇਰੀ ਮਾਂ ਕਿਹੜੀ ਦੇਖ ਲਾ ਜੇ ਮੇਰੇ ਕਿਹੜੀ ਦੇਖਣਾ ਬਾਈ, ਠੀਕ ਆ।